ਪੱਤਰਕਾਰ ਸੁਰਿੰਦਰ ਸਿੰਘ ਵੱਲੋਂ ਫੇਸਬੁੱਕ ਉੱਪਰ ਪਾਈ ਇੱਕ ਪੋਸਟ ਉੱਪਰ ਹਰਨੇਕ ਸਿੰਘ ਨਿਊਜ਼ੀਲੈਂਡ ਵੱਲੋਂ ਵਰਤੇ ਗਏ ਅਲਫਾਜ਼ ਉਸਦੀ ਗੰਦੀ ਜਹੀਨੀਅਤ ਨੂੰ ਤਾਂ ਬਿਆਨ ਕਰ ਹੀ ਰਹੇ ਹਨ, ਨਾਲ ਹੀ ਤਰਕ ਨਾਲ ਹਰ ਗੱਲ ਦਾ ਦਾਅਵਾ ਕਰਨ ਵਾਲੇ ਅਤੇ ਖੁਦ ਨੂੰ ਅਪਗ੍ਰੇਡ ਕਹਾਉਂਦੇ ਕਿਸ ਪੱਧਰ ਦਾ ਤਰਕ ਵਿਤਰਕ ਕਰ ਰਹੇ ਨੇ, ਇਸ ਪੋਸਟ ਨੂੰ ਵੇਖ ਕੇ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਹਾਲਾਂਕਿ ਪਹਿਲੀ ਵਾਰ ਨਹੀਂ ਹੈ, ਹਰਨੇਕ ਸਿੰਘ ਨਿਊਜ਼ੀਲੈਂਡ ਹੋਵੇ ਜਾਂ ਰਣਜੀਤ ਸਿੰਘ ਟੱਡਰੀਆਂ ਵਾਲਾ, ਦੋਹਾਂ ਦੀ ਬਕਾਇਦਾ ਟਰੋਲ ਆਰਮੀ ਹੈ ਅਤੇ ਪੱਤਰਕਾਰ ਸਿੱਖ ਬੁੱਧੀਜੀਵੀਆਂ ਨੂੰ ਅਕਸਰ ਹੀ ਉਹਨਾਂ ਵੱਲੋਂ ਇਸੇ ਤਰ੍ਹਾਂ ਦੇ ਘਟੀਆ ਲਹਿਜੇ ਵਿੱਚ ਟਰੋਲ ਕੀਤਾ ਜਾਂਦਾ ਰਿਹਾ ਹੈ। ਹਰਨੇਕ ਸਿੰਘ ਨਿਊਜ਼ੀਲੈਂਡ ਤਾਂ ਆਪਣੇ ਰੇਡੀਓ ਜ਼ਰੀਏ ਜੋ ਵੀ ਭਾਸ਼ਾ ਅਤੇ ਲਹਿਜੇ ਦਾ ਇਸਤੇਮਾਲ ਕਰਦਾ ਹੈ ਉਹ ਵੇਖਣ ਅਤੇ ਸੁਣਨ ਵਾਲੇ ਨੂੰ ਸ਼ਰਮਸਾਰ ਕਰਨ ਵਾਲਾ ਹੈ। ਰਣਜੀਤ ਸਿੰਘ ਟੱਡਰੀਆਂ ਵਾਲਾ ਹਰਨੇਕ ਸਿੰਘ ਨਿਊਜ਼ੀਲੈਂਡ ਨਾਲ ਆਪਣੀ ਨੇੜਤਾ ਇੱਕ ਨਿੱਜੀ ਨਿਊਜ਼ ਚੈਨਲ ਉੱਪਰ ਇੰਟਰਵਿਊ ਦੌਰਾਨ ਖੁਦ ਕਬੂਲ ਚੁੱਕਾ ਹੈ। ਸੁਣਿਆ ਹੈ ਹਰਨੇਕ ਸਿੰਘ ਹੁਣਾਂ ਨੂੰ ਸੁਣੀਦਾ ਵੀ ਹੈ, ਸੁਣਿਆ ਵੀ ਹੈ ਤੇ ਸੁਣੀਦਾ ਵੀ ਹੈ। ਹੁਣ ਵੀ ਕਦੇ ਕੋਈ ਪ੍ਰੋਗਰਾਮ ਆਉਂਦਾ ਤਾਂ ਮੈਂ ਸੁਣਦਾ, ਮੈਨੂੰ ਚੰਗੀ ਲੱਗਦੀ ਹੈ ਗੱਲ, ਤਰਕ ਨਾਲ ਗੱਲ ਕਰਦੇ ਨੇ ਜਾਂ ਜਿਹੜੀ ਵੀ ਗੱਲ ਕੀਤੀ ਹੈ ਚੰਗੀ ਕੀਤੀ ਹੈ ਸਹੀ ਕੀਤੀ ਹੈ। ਟਕਸਾਲ ਤੇ ਬਹੁਤੇ ਸਵਾਲ ਉਠਾਏ ਹੈ, ਉਹਦਾ ਜਵਾਬ ਇਹਨਾਂ ਨੇ ਨਹੀਂ ਦਿੱਤਾ, ਕੋਈ ਵੀ ਬੰਦਾ ਅੱਜ ਤੱਕ ਨਹੀਂ ਬੋਲਿਆ। ਦੋਹਾਂ ਦੀ ਟਰੋਲ ਆਰਮੀ ਇੱਕੋ ਮਾਨਸਿਕਤਾ ਨਾਲ ਕੰਮ ਕਰਦੀ ਹੈ, ਜੋ ਗੱਲ ਇਹਨਾਂ ਨੂੰ ਨਾਗਵਾਰ ਗੁਜ਼ਰਦੀ ਹੈ ਜਾਂ ਜਿਸ ਦਾ ਇਹਨਾਂ ਕੋਲ ਕੋਈ ਤਰਕ ਨਹੀਂ ਹੁੰਦਾ ਉਸ ਪਿੱਛੇ ਟਰੋਲ ਆਰਮੀ ਲਗਾ ਦਿੰਦੇ ਹਨ ਅਤੇ ਉਹ ਨਿਮਣ ਪੱਧਰ ਦੀਆਂ ਘਟੀਆ ਸ਼ਬਦਾਵਲੀ ਵਾਲੀਆਂ ਟਿੱਪਣੀਆਂ ਕਰਦੇ ਹਨ। ਇਕੱਲਾ ਸੁਰਿੰਦਰ ਸਿੰਘ ਹੀ ਨਹੀਂ, ਹਾਲੇ ਪਿਛਲੇ ਦਿਨ ਹੀ ਪੱਤਰਕਾਰ ਪਰਮਿੰਦਰ ਟਿਵਾਣਾ ਨੂੰ ਵੀ ਇਸੇ ਤਰੀਕੇ ਨਾਲ ਟਰੋਲ ਕੀਤਾ ਗਿਆ। ਤਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਸਿੱਖ ਬੁੱਧੀਜੀਵੀਆਂ ਬਾਰੇ ਵੀ ਇਤਰਾਜ਼ਯੋਗ ਟਿੱਪਣੀਆਂ ਇਹਨਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਨੇ। ਸਿੱਖ ਵਿਦਵਾਨ ਗੁਰਦਰਸ਼ਨ ਸਿੰਘ ਢਿੱਲੋਂ ਦਾ ਕਹਿਣਾ ਕਿ ਟੱਡਰੀਆਂ ਵਾਲਾ ਤਾਂ ਮਹਿਜ ਇੱਕ ਮੋਰਾ ਹੈ ਜੋ ਸਿੱਖ ਧਰਮ ਉੱਪਰ ਸਿੱਧੀ ਸੱਟ ਮਾਰਨ ਲਈ ਏਜੰਸੀਆਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਜੋ ਇਹਨਾਂ ਨੂੰ ਤਰਕ ਨਾਲ ਵੰਗਾਰਦਾ ਹੈ ਉਸ ਨੂੰ ਇਸੇ ਤਰੀਕੇ ਨਾਲ ਡੀਮੋਰਲਾਈਜ਼ ਕਰਨ ਲਈ ਗੰਦੀਆਂ ਗਾਲਾਂ ਕੱਢਦੇ ਹਨ। ਗੱਲ ਇਹ ਆ, ਜਿਹੜਾ ਟੱਡਰੀਆਂ ਵਾਲਾ ਹੈ ਉਹ ਮਤਲਬ ਉਹ ਜਾਣਾ ਸਾਰੀ ਪ੍ਰੋਬਲਮ, ਉਹ ਅੱਗੇ ਉਸਨੇ ਆਪਣੇ ਬੰਦੇ ਰੱਖੇ ਹੋਏ ਆ ਜਿਹੜੇ ਨਿਊਜ਼ੀਲੈਂਡ ਵਾਲੇ ਆ, ਉਹ ਮਤਲਬ ਕੈਟ ਸੀ ਪੁਲਿਸ ਦਾ ਇੱਥੇ ਪੰਜਾਬ ਦੇ ਵਿੱਚ, ਔਰ ਉਸ ਨੂੰ ਪੁਲਿਸ ਨੇ ਉੱਥੇ ਸੈੱਟ ਕੀਤਾ ਨਿਊਜ਼ੀਲੈਂਡ ਦੇ ਵਿੱਚ, ਇੰਡੀਅਨ ਇੰਟੈਲੀਜੈਂਸ ਨੇ, ਟੂ ਡਿਮੋਲਿਸ਼ ਸਿੱਖਿਜ਼ਮ। ਸੋ ਇਟਸ ਏ ਮੱਚ ਬਿਗਰ ਪ੍ਰੋਜੈਕਟ ਜਿਹਦੇ ਵਿੱਚ ਟੱਡਰੀਆਂ ਵਾਲਾ ਇੱਕ ਇੰਸਟਰੂਮੈਂਟ ਹੈ। ਸੋ ਉਹ ਜਿਹੜੇ ਹੈਗੇ ਉਹ ਇਹਦੇ ਅੱਗੇ ਮਤਲਬ ਉਹ ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਹੀ ਇਹ ਚੱਲ ਰਿਹਾ, ਜਿਹੜੀਆਂ ਇੰਡੀਅਨ ਇੰਟੈਲੀਜੈਂਸ ਦੀਆਂ ਏਜੰਸੀਆਂ, ਇੱਕ ਫਰੇਮਵਰਕ ਆ ਇੰਡੀਅਨ ਇੰਟੈਲੀਜੈਂਸ ਦਾ ਕਿ ਸਿੱਖਿਜ਼ਮ ਦੀ ਇੰਡੀਪੈਂਡੈਂਟ ਸੋਵਰਨ ਆਈਡੈਂਟੀ ਤੁਸੀਂ ਖਤਮ ਕਰਨੀ। ਸੋ ਅੰਡਰ ਦੈਟ ਪ੍ਰੋਜੈਕਟ ਹੀ ਇਜ਼ ਵਰਕਿੰਗ, ਔਰ ਇਹਦੇ ਨਾਲ ਦੇ ਜਿਹੜੇ ਨਿਊਜ਼ੀਲੈਂਡ ਵਾਲੇ ਆ ਉਹ ਇਸੇ ਤੇ, ਜਿਹੜਾ ਕੋਈ ਸਿੱਖੀ ਦੀ ਗੱਲ ਕਰਦਾ ਉਸ ਨੂੰ ਇਹ ਗਾਲਾਂ ਕੱਢਦੇ ਆ, ਬੁਰਾ ਭਲਾ ਕਹਿੰਦੇ ਆ, ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦੇ ਆ, ਟੂ ਡੀਮੋਰਲਾਈਜ਼ ਦੈਮ, ਉਹਨਾਂ ਨੂੰ ਡੀਮੋਰਲਾਈਜ਼ ਕਰਨ ਦੇ ਲਈ। ਕਿਉਂ ਇਸੇ ਤਰੀਕੇ ਦੀ, ਦੇਖੋ ਹੁਣ ਪਿੱਛੇ ਇੱਕ ਗੱਲ ਹੋਈ ਕਿ ਜਰਮਨੀ ਦੇ ਵਿੱਚ ਇੱਕ ਸਿੱਖ ਕਪਲ ਉਹਨਾਂ ਨੇ ਫੜਿਆ, ਇਹ 3-4 ਮਹੀਨੇ ਦੀ ਗੱਲ ਹੈ, ਤੁਹਾਨੂੰ ਯਾਦ ਹੋਊਗਾ, ਜਿਹੜਾ ਸਿੱਖਾਂ ਦੇ ਉੱਤੇ ਮਤਲਬ CID ਕਰਦਾ ਸੀ ਔਨ ਬਿਹਾਫ ਆਫ ਇੰਡੀਅਨ ਇੰਟੈਲੀਜੈਂਸ, ਉਹ ਉਹਨਾਂ ਨੇ ਫੜ ਕੇ ਉੱਥੋਂ ਰਿਪੋਰਟ ਕੀਤਾ ਜਰਮਨੀ ਦੇ ਵਿੱਚੋਂ। ਐਗਜੈਕਟਲੀ ਉਸੇ ਤਰੀਕੇ ਦੇ ਨਾਲ ਜਿਹੜੇ ਨਿਊਜ਼ੀਲੈਂਡ ਵਾਲੇ ਆ ਉਹ ਇੰਡੀਅਨ ਇੰਟੈਲੀਜੈਂਸ ਦੇ ਬੰਦੇ ਆ, ਔਰ ਉਹ ਮਤਲਬ ਉਸ ਪਲਾਂਟ ਹੈ ਕਿ ਸਿੱਖਿਜ਼ਮ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਤੁਸੀਂ ਡਿਮੋਲਿਸ਼ ਕਰਨਾ, ਉਸ ਕਿਸਮ ਦੀ ਆਰਗੂਮੈਂਟ ਬਣਾਉਣੀ ਆ। ਉਹਦਾ ਜਿਹੜਾ ਸਕ੍ਰਿਪਟ ਆ, ਉਹਦੀ ਜਿਹੜੀ ਸਕ੍ਰਿਪਟ ਆ ਉਹ ਇੱਥੋਂ ਜਾ ਰਹੀ ਆ, ਉਹ ਸਕ੍ਰਿਪਟ ਦੇ ਉੱਤੇ ਹੀ ਕੰਮ ਕਰ ਰਿਹਾ, ਕੋਈ ਵੀ ਲਫ਼ਜ਼ ਇੱਧਰ ਉੱਧਰ ਨਹੀਂ ਬੋਲਦਾ ਟੱਡਰੀਆਂ ਵਾਲਾ। ਫਿਰ ਉਹ ਉੱਥੋਂ ਫਿਲਟਰ ਹੋ ਕੇ ਆਉਂਦੀ ਆ ਜਿਹੜੀ ਨਿਊਜ਼ੀਲੈਂਡ ਤੋਂ ਗੱਲ, ਉਸ ਨੂੰ ਫਿਲਟਰ ਕਰਕੇ ਉਹ ਆਪਣੀ ਫਿਰ ਕਦੇ ਇਸ ਤਰ੍ਹਾਂ ਦੀ ਸਟੇਟਮੈਂਟ ਦਿੰਦਾ, ਜਦੋਂ ਓਪੋਜੀਸ਼ਨ ਜ਼ਿਆਦਾ ਹੁੰਦੀ ਹੈ ਫਿਰ ਉਹ ਬਦਲ ਲੈਂਦਾ। ਤੋ ਇਹ ਸਾਰੀ ਬਹੁਤ ਵੱਡੀ ਬਿਗਰ ਸਕੇਲ ਤੇ ਕੰਸਪੀਰੇਸੀ ਆ ਜਿਸ ਨੂੰ ਸਿੱਖ ਕਮਿਊਨਿਟੀ ਨੂੰ ਸਮਝ ਲੈਣਾ ਚਾਹੀਦਾ ਹੈ। ਸਿੱਖ ਬੁੱਧੀਜੀਵੀ ਹਰਮੀਤ ਸਿੰਘ ਚੰਡੀਗੜ੍ਹ ਦਾ ਕਹਿਣਾ ਹੈ ਕਿ ਉਹ ਤਰਕ ਦੀ ਕਸੌਟੀ ਉੱਪਰ ਉਸ ਹੱਦ ਤੱਕ ਪਰਪੱਕ ਨਹੀਂ ਕਿ ਆਪਣੀ ਗੱਲ ਦਲੀਲ ਨਾਲ ਕਰ ਸਕਣ, ਸੋ ਇਸ ਫਰਸਟ੍ਰੇਸ਼ਨ ਦੇ ਵਿੱਚ ਉਹ ਇਰਾਕ ਤਿਆਰ ਕਰਦੇ ਹਨ ਤਾਂ ਇਹਨਾਂ ਵੱਲੋਂ ਬਕਾਇਦਾ ਇੱਕ ਟਰੋਲ ਆਰਮੀ ਇਸ ਲਈ ਲਾਈ ਹੋਈ ਹੈ। ਪਿਛਲੇ ਕਾਫੀ ਸਮੇਂ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ, ਇਹ ਟ੍ਰੈਂਡ ਇੱਕ ਇਸ ਪੱਖ ਦੇ ਇੱਕ ਹਿੱਸੇ ਦੇ ਵਿੱਚ ਹੈਗਾ ਕਿ ਜਿਹੜਾ ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਅਪਗ੍ਰੇਡ ਕਹਿ ਰਹੇ ਨੇ, ਖਾਸ ਕਰਕੇ ਜਿਹੜਾ ਟੱਡਰੀਆਂ ਵਾਲਾ ਗਰੁੱਪ ਹੈ ਜਾਂ ਹਰਨੇਕ ਨੇਕੀ ਹੈ ਨਿਊਜ਼ੀਲੈਂਡ ਤੋਂ, ਜਿਹੜਾ ਇਹਨਾਂ ਦਾ ਜਿਹੜਾ ਟੋਟਲ ਵਰਕਿੰਗ ਦਾ ਸਟਾਈਲ ਹੈ, ਖਾਸ ਕਰਕੇ ਇਹਨਾਂ ਦੇ ਜਿਹੜੇ ਨੀਚੇ ਜਿਹੜੇ ਫੋਲੋਅਰਸ ਨੇ ਉਹਨਾਂ ਨੇ ਜੋ ਅਪਣਾਇਆ ਹੋਇਆ ਕਿ ਉਹ ਉਹਨਾਂ ਦੇ ਉੱਪਰ ਕੋਈ ਵੀ ਬੰਦਾ ਜੋ ਕੁਐਸਚਨ ਕਰਦਾ ਜਾਂ ਸਵਾਲ ਕਰਦਾ, ਹਾਂਜੀ, ਉਹਦਾ ਕੋਈ ਉਹਦੇ ਨਾਲ ਡਿਬੇਟ 'ਚ ਜਾਣ ਦੀ ਬਜਾਏ ਜਾਂ ਕਿਸੇ ਤਰ੍ਹਾਂ ਦੀ ਉਹਦੇ ਨਾਲ ਵਿਚਾਰ 'ਚ ਜਾਣ ਦੀ ਬਜਾਏ ਉਹ ਕੀ ਕਰਦੇ ਨੇ ਕਿ
ਉਹ ਉਹਦੇ ਤੇ ਬੜਾ ਇੱਕ ਸ਼ੈਬੀ ਪੱਦਾ ਅਟੈਕ ਸਟਾਰਟ ਕਰ ਦਿੰਦੇ ਨੇ ਉਹਦੇ ਖਿਲਾਫ, ਉਹਦੀ ਜਿਹੜੀ ਕਰੈਕਟਰ ਅਸੈਸੀਨੇਸ਼ਨ ਜਾਂ ਕਿਸੇ ਤਰ੍ਹਾਂ ਦੀ ਹੋਰ ਉਹਦੇ ਬਾਰੇ ਗਾਲਾਂ ਕੱਢਣੀਆਂ ਉਹਨੂੰ ਜਾਂ ਉਹਨਾਂ ਦੀ ਫੈਮਿਲੀ ਬਾਰੇ ਕੁਛ ਐਸਾ ਬੋਲਣਾ, ਇਹ ਇੱਕ ਟ੍ਰੈਂਡ ਹੈ ਪਿਛਲੇ ਕੁਛ ਸਮੇਂ ਤੋਂ ਅਸੀਂ ਦੇਖ ਰਹੇ ਹਾਂ। ਇਹ ਬਹੁਤ ਮੰਦਭਾਗਾ ਵੀ ਹੈ, ਵੈਸੇ ਹੋਣਾ ਨਹੀਂ ਚਾਹੀਦਾ, ਪਰ ਇਹ ਇੱਕ ਖਾਸ ਕੈਟੇਗਰੀ ਹੈ ਜਿਹੜੀ ਕਹਿ ਲਓ ਸਿੱਖਾਂ ਦੇ ਅੰਦਰ ਇਹ ਜਿਹੜਾ ਇੱਕ ਗਰੁੱਪ ਹੈ ਕਰ ਰਿਹਾ ਹੈ, ਤੇ ਉਹ ਬਾਰ ਬਾਰ ਕਦੇ ਕੋਈ ਉਹਨਾਂ ਦੇ ਅਟੈਕ ਤੇ ਆਉਂਦਾ ਕੋਈ ਹੋਰ ਆਉਂਦਾ, ਔਰ ਇਹ ਬੜਾ ਔਰਗਨਾਈਜ਼ਡ ਵੇ ਚ ਇਹ ਕੰਮ ਕਰਦੇ ਨੇ। ਮੈਂ ਦੇਖਿਆ ਵੀ ਜਦੋਂ ਵੀ ਈਵਨ ਕਿ ਕੋਈ ਡਿਬੇਟ ਵੀ ਜਿਹੜੀ ਲਾਈਵ ਵੀ ਚੱਲ ਰਹੀ ਹੁੰਦੀ ਆ ਉਹਦੇ ਨੀਚੇ ਵੀ ਜਿਹੜੇ ਉਹਨਾਂ ਦੇ ਕਮੈਂਟਸ ਹੁੰਦੇ ਨੇ ਉਹ ਕਾਫੀ ਮਤਲਬ ਕਿ ਬੈਡ ਲਾਈਟ ਦੇ ਵਿੱਚ ਹੁੰਦੇ ਨੇ, ਤੇ ਸ਼ਾਇਦ ਉਹਨਾਂ ਕੋਲ ਇਸ ਤਰ੍ਹਾਂ ਦੀ ਕਾਬਲੀਅਤ ਨਹੀਂ ਹੈ ਕਿ ਉਹ ਡਿਬੇਟ ਦੇ ਵਿੱਚ ਜਾਂ ਜਿਹੜੇ ਧਰਮ ਜਾਂ ਅਧਿਆਤਮ ਜਾਂ ਹੋਰ ਜਿਸ ਫਿਲੋਸਫੀ ਦੀਆਂ ਜਿਹੜੀਆਂ ਡਿਬੇਟ ਕਰ ਸਕਣ, ਜਿਹਦੇ ਵਿੱਚ ਕੋਈ ਗਹਿਰਾ ਵਿਚਾਰ ਰੱਖ ਸਕਣ, ਇਹ ਸ਼ਾਇਦ ਉਹਨਾਂ ਨੂੰ ਵੀ ਪਤਾ ਕਿ ਉਹਨਾਂ ਕੋਲ ਇਹ ਕਾਬਲੀਅਤ ਨਹੀਂ ਹੈ। ਤਾਂ ਉਹਨਾਂ ਨੇ ਕੀ ਕੀਤਾ ਹੋਇਆ ਕਿ ਇਹ ਟੋਟਲੀ ਇੱਕ ਉਹ ਕੀ ਕਰਦੇ ਨੇ, ਕੁਛ ਤਾਂ ਫੋਲੋਅਰ ਜਿਹੜੇ ਉਹਨਾਂ ਦੇ ਹੈਗੇ ਨੇ ਉਹ ਵੈਸੇ ਹੀ ਮੈਨੂੰ ਲੱਗਦਾ ਕਿ ਦੇ ਆਰ ਨੋਟ ਮੱਚ ਇੰਟੈਲੀਜੈਂਟ, ਤਾਂ ਉਸ ਕਰਕੇ ਕੀ ਹੈ ਕਿ ਉਹਨਾਂ ਨੂੰ ਇੱਕ ਫਰਸਟ੍ਰੇਸ਼ਨ ਦਾ ਮਾਡਲ ਦਿੱਤਾ ਹੋਇਆ ਇਹਨਾਂ ਨੇ ਕਿ ਤੁਸੀਂ ਆਪਣਾ ਕਥਾਰਸਿਸ ਕਰੋ, ਉਹ ਜਿਹੜੀ ਇੱਕ ਬਿਲਟ ਅਪ ਫਰਸਟ੍ਰੇਸ਼ਨ ਹੈਗੀ ਆ ਪੋਲੀਟਿਕਸ ਦੀ ਉਹ ਉੱਥੇ ਕੱਢ ਦਵੋ, ਉਹਨੂੰ ਇਹ ਲੀਡ ਕਰਦੇ ਨੇ, ਮਤਲਬ ਕਿ ਆਪਣੇ ਓਪੋਨੈਂਟਸ ਨੂੰ ਇਸ ਲੈਵਲ ਤੇ ਜਾ ਕੇ ਉਹ ਡੀਲ ਕਰਦੇ ਨੇ ਕਿ ਜਿੱਦਾਂ ਵੀ ਬੰਦਾ ਦੂਸਰੇ ਨੂੰ ਮਜਬੂਰ ਕਰਦੇ ਨੇ ਕਿ ਜਾਂ ਤਾਂ ਉਹ ਇਹਨਾਂ ਦੇ ਲੈਵਲ ਤੇ ਜਾਵੇ ਜਾਂ ਉਹ ਚੁੱਪ ਹੋ ਜਾਵੇ। ਤੇ ਇਹਦਾ ਮੈਨੂੰ ਲੱਗਦਾ ਪੰਥ ਦੇ ਬਾਕੀ ਜਿਹੜੇ ਸੁਹਿਰਦ ਹਿੱਸਾ ਹੈਗਾ ਇਸ ਸਾਰੀ ਚੀਜ਼ ਬਾਰੇ ਸੋਚਣਾ ਚਾਹੀਦਾ ਔਰ ਇਸ ਦਾ ਨੋਟਿਸ ਲੈਣਾ ਚਾਹੀਦਾ ਔਰ ਇਸ ਨੂੰ ਇਹਨਾਂ ਖਿਲਾਫ਼ ਕੋਈ ਸਖ਼ਤ ਸਟੈਂਡ ਲੈਣਾ ਚਾਹੀਦਾ। ਖੁਦ ਨੂੰ ਤਰਕਵਾਦੀ ਅਪਗ੍ਰੇਡ ਤੇ ਪਤਾ ਨਹੀਂ ਕੀ ਕਹਾਉਣ ਵਾਲੇ ਇਹਨਾਂ ਪਖੰਡੀਆਂ ਨੂੰ ਜਦੋਂ ਅਸਲ ਤਰਕ ਅਤੇ ਸੱਚ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹੀ ਰਾਹ ਅਖਤਿਆਰ ਕਰਦੇ ਹਨ। ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦਿਆਂ ਟਿੱਪਣੀਆਂ ਤੇ ਕਿਸੇ ਦਾ ਚਰਿੱਤਰ ਹਰਣ ਕਰਾਉਣ ਲਈ ਟ੍ਰੋਲ ਆਰਮੀ ਦਾ ਇਸਤੇਮਾਲ, ਇਹੀ ਇਹਨਾਂ ਦੀ ਮਾਨਸਿਕਤਾ ਹੈ। ਦੇਖੋ ਡੱਡਰੀਆਂ ਵਾਲੇ ਨੂੰ ਪਹਿਲਾਂ ਤਾਂ ਸਮਝਣ ਦੀ ਕੋਸ਼ਿਸ਼ ਕਰੋ, ਪਹਿਲੀ ਗੱਲ ਤਾਂ ਇਹ ਵੀ ਜੋ ਡੱਡਰੀਆਂ ਵਾਲਾ ਵਿਆਖਿਆ ਕਰ ਰਿਹਾ ਉਹਦੀ ਵਿਆਖਿਆ ਅੰਤਮ ਵਿਆਖਿਆ ਨਹੀਂ, ਉਹ ਜਿਹੜੀ ਵਿਆਖਿਆ ਉਹ ਕਰ ਰਿਹਾ ਉਹਨੂੰ ਹੋਰ ਵੀ 100 ਤਰੀਕੇ ਨਾਲ ਕੀਤੀ ਜਾ ਸਕਦੀ ਹੈ, ਕਿਉਂਕਿ ਗੁਰਬਾਣੀ ਦੀ ਵਿਆਖਿਆ ਤੁਸੀਂ ਗੁਰੂ ਦੇ ਸਮਾਨ ਅੰਤਰ ਹੋ ਕੇ ਕਰ ਹੀ ਨਹੀਂ ਸਕਦੇ। ਇਸ ਕਰਕੇ ਵਿਆਖਿਆ ਤਾਂ ਹਮੇਸ਼ਾ ਵਿਆਖਿਆ ਹੁੰਦੀ ਹੈ, ਉਹ ਉਸ ਨੂੰ ਵਿਆਖਿਆ ਨੂੰ ਜੇ ਤੁਸੀਂ ਗੁਰਬਾਣੀ ਦੀ ਵਿਆਖਿਆ ਕਰਦੇ ਹੋ ਉਹ ਅੰਤਮ ਨਹੀਂ ਹੁੰਦੀ ਕਿਸੇ ਕਿਸਮ ਦੀ, ਹਰ ਯੁੱਗ ਦੇ ਵਿੱਚ ਵਿਆਖਿਆ ਡਿਫਰੈਂਟ ਹੁੰਦੀ ਤੁਰੀ ਆਉਂਦੀ। ਅੱਜ ਤੋਂ 50 ਸਾਲ ਜਿਹੜੀ ਪਹਿਲਾਂ ਵਿਆਖਿਆ ਹੁੰਦੀ ਸੀ ਉਹ ਅੱਜ ਨਹੀਂ, ਜਿਹੜੀ ਅੱਜ ਵਿਆਖਿਆ ਹੋ ਰਹੀ ਹੈ ਬੇਸ਼ੱਕ ਢੱਡਰੀਆਂ ਵਾਲਾ ਕਰ ਰਿਹਾ ਉਹ ਕੱਲ ਦੇ ਆਉਣ ਵਾਲੇ ਜਿਹੜੇ ਕਥਾਕਾਰ ਤੇ ਕਥਾਵਾਚਕ ਹੋਣਗੇ ਨਹੀਂ ਕਰ ਸਕਣਗੇ, ਇਸ ਕਰਕੇ ਵੱਖਰੀ ਹੁੰਦੀ ਹੈ। ਇਸ ਕਰਕੇ ਉਸ ਨੂੰ ਡਿਸੋਸੀਏਟ ਕੀ ਤੋਂ ਕਰਨਾ ਚਾਹੀਦਾ, ਇਸ ਕਿਸਮ ਦੇ ਜੇ ਮਤਭੇਦ ਉਹ ਕਿਸੇ ਬੰਦੇ ਦੇ ਉਹਦੇ ਨਾਲ ਹੈਗੇ ਆ ਤਾਂ ਰਹਿਣੇ ਚਾਹੀਦੇ ਤੇ ਰਹਿਣਗੇ ਵੀ, ਪਰ ਇਹ ਹੱਕ ਨਹੀਂ ਹੈ ਵੀ ਤੁਸੀਂ ਉਸ ਨੂੰ ਟ੍ਰੋਲ ਕਰੀ ਜਾਓ, ਗਾਲਾਂ ਕੱਢੀ ਜਾਓ ਜਾਂ ਉਹਦੇ ਤੇ ਅਟੈਕ ਵਗੈਰਾ ਕਰੀ ਜਾਓ ਜਿਸ ਤਰੀਕੇ ਨਾਲ ਉਹਦੇ ਤੁਸੀਂ ਉਹਦੇ ਜਿੱਥੇ ਉਹਦੇ ਇਕੱਠ ਹੁੰਦੇ ਉੱਥੇ ਅਟੈਕ ਕਰਦੇ ਹੋ, ਹਮਲਾ ਕਰਦੇ ਹੋ, ਇਹ ਤਰੀਕੇ ਗਲਤ ਹੈ। ਇਸ ਕਰਕੇ ਸਾਰਾ ਕੁਛ ਹੋਏਗਾ, ਟ੍ਰੋਲ ਵੀ ਹੋਏਗਾ, ਸਾਰਾ ਕੁਛ ਹੋਏਗਾ, ਚੱਲਦਾ ਰਹੇਗਾ ਤੇ ਇਹਨੂੰ ਅਸੀਂ ਬੰਦ ਨਹੀਂ, ਜਿਹੜੇ ਇਹ ਕਰ ਰਹੇ ਆ ਉਹਦਾ ਮੂੰਹ ਬੰਦ ਕਰਾਉਣਾ ਚਾਹੁੰਦੇ ਆ ਉਹ ਗਲਤ ਗੱਲ ਹੈ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।